ਐਸਐਚਓ ਸਾਹਿਬ ਨੇ ਸਾਡੇ ਨਾਲ ਬਦਤਮੀਜ਼ੀ ਕੀਤੀ ਜੋ ਕੀਤਾ ਆ ਉਹਨੂੰ ਅਸੀਂ ਹੁਣ ਲੈਣ ਹਾਜ਼ਰ ਕਰਕੇ ਉਹਦੀ ਡਿਪਾਰਟਮੈਂਟ ਇਨਕੁਆਇਰੀ ਜਿਹੜੀ ਆ ਖੋਲ੍ਹ ਦਿੱਤੀ ਜਾਊਗੀ ਕਿਉਂਕਿ ਉਹਨੂੰ ਜੇ ਉਹ 'ਚ ਦੋਸ਼ੀ ਪਾਇਆ ਗਿਆ ਤਾਂ ਉਹਨੂੰ ਸਸਪੈਂਡ ਕਰ ਦਿੱਤਾ ਜਾਊਗਾ ਹੁਣ ਜਿਹੜਾ ਹੈਗਾ ਅੱਜ ਦੀ ਡੇਟ ਦੇ ਵਿੱਚ ਉਹਨੂੰ ਉਹਨੇ ਇੱਥੋਂ ਤੁਰੰਤ ਜਿਹੜਾ ਉਹਨੂੰ ਲੈਣ ਹਾਜ਼ਰ ਕਰ ਦਿੱਤਾ ਵਿੱਕੀ ਡਾਕਟਰ ਵਿੱਕੀ ਅਸੀਂ ਇਹਨੂੰ ਕਹਿੰਦੇ ਹਾਂ ਕਿਉਂਕਿ ਇਹ ਹੋਸਪਿਟਲ ਦੇ ਵਿੱਚ ਕੰਮ ਕਰਦਾ ਔਰ ਅੱਛੀ ਜੋਬ 'ਤੇ ਆ ਪ੍ਰਸਪੈਕਟਿਵ ਫੁੱਲ ਜੋਬ ਦੇ ਉੱਪਰ ਆ ਇਹਦਾ ਮੈਨੂੰ ਫੋਨ ਆਇਆ ਕਿ ਭਾਅ ਜੀ ਮੈਨੂੰ ਇੱਥੇ ਦੁਕਾਨ 'ਤੇ ਮੈਨੂੰ ਉਹਨਾਂ ਨੇ ਅੰਦਰ ਵਾੜ ਕੇ ਕੁੱਟਿਆ ਮਾਰਿਆ ਮੇਰਾ ਮੋਬਾਈਲ ਖੋਲ੍ਹਿਆ ਔਰ ਮੈਨੂੰ ਗਾਲਾਂ ਕੱਢੀਆਂ ਔਰ ਜਪਸੂ ਜੀ ਸ਼ਬਦ ਮੈਨੂੰ ਕਹੇ ਮੈਂ ਥੋੜ੍ਹਾ ਜਿਹਾ ਕਿਤੇ ਬਾਹਰ ਸੀ ਮੈਂ ਹਿਮਾਂਸ਼ੂ ਜੀ ਨੂੰ ਫੋਨ ਕੀਤਾ ਅਕਸ਼ਾ ਜੀ ਨੂੰ ਫੋਨ ਕੀਤਾ ਤੁਸੀਂ ਆਪਣੇ ਸਾਥੀ ਨੂੰ ਫੋਨ ਕੀਤਾ ਮੈਂ ਕਿਹਾ ਕਿ ਦੇਖੋ ਜਿਹੜੀ ਵੀ ਗੱਲ ਹੈਗੀ ਸਾਡਾ ਸਮਾਜਿਕ ਭਾਈਚਾਰਾ ਇੱਥੇ ਰੋਜ਼ ਤੁਰੇ ਫਿਰਦੇ ਆ ਕਿ ਜਾ ਕੇ ਬੈਠ ਕੇ ਗੱਲ ਬੜਾ ਸੱਚਾਈ ਕਿ ਝੂਠ ਦੀ ਜਾ ਕੇ ਦੇਖੋ ਹਿਮਾਂਸ਼ੂ ਸ਼ਰਮਾ ਜੀ ਇੱਥੇ ਪਹੁੰਚੇ ਨੇ ਅਤੇ ਐਸਓ ਸਾਹਿਬ ਨੇ ਉਹਨੂੰ ਹਿਮਾਂਸ਼ੂ ਜੀ ਮੇਰੇ ਨਾਲ ਬੈਠੇ ਨੇ ਇਹ ਇਹਨਾਂ ਨੇ ਮੈਨੂੰ ਫੋਨ ਕੀਤਾ ਕਿ ਮੈਂ ਇੱਥੇ ਪਹੁੰਚਾ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਦਫ਼ਤਰੋਂ ਆਇਆ ਜੀ ਮੈਂ ਸਾਂਪਾ ਜੀ ਦਿਓ ਕਿ ਮੇਰੇ ਸੁਰਟ ਕੇ ਆਇਆ ਸੀ ਕਿ ਦੱਸੋ ਕਹਿੰਦਾ ਕਿਹੜਾ ਸਾਂਪਲਾ ਕਿਹੜੇ ਸਾਂਪੇ ਗੱਲ ਕਹਿੰਦਾ ਜੀ ਐਸਸੀ ਕਮੇਟੀ ਚੇਅਰਮੈਨ ਕਹਿੰਦਾ ਜਾਣਦਾ ਮੈਂ ਐਸਸੀ ਕਮੇਟੀ ਚੇਅਰਮੈਨ ਨੂੰ ਮੈਂ ਇਹਨਾਂ ਨੂੰ ਗਲਤ ਵਰਡ ਬੋਲਣ ਦੀ ਕੋਸ਼ਿਸ਼ ਕੀਤੀ ਉਹਨੇ ਕਿ ਅਸੀਂ ਇਹਦਾ ਇਹ ਤੋਂ ਭਾਵ ਇਹ ਆ ਕਿ ਇਹ ਜਿਹੜਾ ਐਸਐਚਓ ਆ ਇਹ ਦਲਿਤ ਵਿਰੋਧੀ ਐਸਐਚਓ ਆ ਇਹਦੀ ਮੰਸ਼ਾ ਜਿਹੜੇ ਸਾਡੇ ਐਸਸੀ ਸਮਾਜ ਦੇ ਵਰਗ ਦੇ ਬੱਚੇ ਲੋਕ ਨੇ ਉਹਨਾਂ ਨੂੰ ਇਨਸਾਫ ਦਵਾਉਣ ਦੀ ਮੰਸ਼ਾ ਇਹਦੀ ਨਹੀਂ ਹੈਗੀ ਕਿਉਂਕਿ ਅਯੋਗ ਦੇ ਚੇਅਰਮੈਨ ਉਹ ਅੱਜ ਉਹ ਵਿਜੇ ਸਾਂਪਲਾ ਜੀ ਇਹ ਇੱਥੋਂ ਜ਼ਰੂਰ ਤੁਹਾਡੇ ਭਰਾਵਾਂ ਦੇ ਆਸ਼ੀਰਵਾਦ ਨਾਲ ਤੁਹਾਡੇ ਸਹਿਯੋਗ ਨਾਲ ਤੁਹਾਡੇ ਪਿਆਰ ਨਾਲ ਇਸ ਪੋਸਟ 'ਤੇ ਗਏ ਪਰ ਅੱਜ ਉਹਨਾਂ ਦੀ ਇੱਕ ਸੰਵਿਧਾਨਿਕ ਪੋਸਟ ਆ ਉਹਨਾਂ ਨੂੰ ਜੇ ਸੀਪੀ ਸਾਹਿਬ ਵੀ ਗੱਲ ਕਰਦੇ ਡੀਜੀਪੀ ਸਾਹਿਬ ਵੀ ਗੱਲ ਕਰਦੇ ਸੀਐਮ ਸਾਹਿਬ ਵੀ ਗੱਲ ਕਰਦੇ ਆ ਅਤੇ ਰਿਸਪੈਕਟ ਹੁਣ ਗੱਲ ਕਰਦੇ ਉਹਨਾਂ ਦੇ ਅਸੀਂ ਵੀ ਉਹਨਾਂ ਦੇ ਨਾਮ ਦੇ ਨਾਲ ਅੱਜ ਮਾਨੀਏ ਸ਼੍ਰੀ ਵਿਜੇ ਸਾਂਬਾ ਲਿਖਿਆ ਜਾਂਦਾ ਇਹ ਕਹਿੰਦਾ ਜੀ ਕਿਹੜਾ ਸਾਂਬਲਾ ਕਿਹੜੇ ਸਾਂਬਲੇ ਦੀ ਗੱਲ ਕਰਦਾ ਤੂੰ ਔਰ ਅਸੀਂ ਸਾਡੀ ਅਜੇ ਮੰਗ ਆ ਕਿ ਇਹਨਾਂ ਨੇ ਜੋ ਯੋਗ ਦੇ ਚੇਅਰਮੈਨ ਦੇ ਖਿਲਾਫ਼ ਬੋਲੇ ਆ ਇਹ ਮਾਸ਼ੂ ਜੀ ਜਨਰਲ ਕੈਟਾਗਰੀ ਤੋਂ ਨੇ ਇਹ ਗਵਾਹ ਨੇ ਇਸ ਗੱਲ ਦੇ ਅੱਜ ਸਾਡੇ ਹੋਰ ਵੀ ਭਾਈ ਗਵਾਹ ਨੇ ਇਹਨਾਂ ਦੇ ਖਿਲਾਫ਼ ਜਿਹੜੀ ਕਾਨੂੰਨੀ ਬਣਦੀ ਕਾਰਵਾਈ ਨੂੰ ਸਸਪੈਂਡ ਕੀਤਾ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਧਰਨਾ ਲਗਾਉਣ ਦਾ ਕੀ ਮਕਸਦ ਕੀ ਸੀਗਾ ਕਾਰਵਾਈ ਨਹੀਂ ਕਰਨ ਦੇ 15 ਮਿੰਟ ਤੋਂ ਗੱਲਾਂ ਕਰੀ ਜਾਂਦੇ ਉਹ ਕਾਰਵਾਈ ਨਹੀਂ ਕਰਨ ਦੇ ਤਾਂ ਧਰਨਾ ਹੀ ਲਾਵਾਂ ਕੀ ਕਰਾਂਗੇ ਦੱਸੋ ਕਾਂਗਰਸ ਸਰਕਾਰ ਕੋਈ ਹੋਣ ਨਹੀਂ ਦੇਣੀ ਹੁਣ ਤੁਸੀਂ ਕਹਿੰਦੇ ਸਾਡੇ ਵਰਕਰਸ ਨਾਲ ਬਦਤਮੀਜ਼ੀ ਕੀਤੀ ਉਹਦੀ ਸ਼ਿਕਾਇਤ ਲੱਗ ਦਿੱਤੀ ਜਾਊਗੀ ਜਾਂ ਇਹਦੀ ਲੱਗ ਦਿੱਤੀ ਜਾਊਗੀ ਦੋਨਾਂ ਦੀ ਅਲੱਗ ਅਲੱਗ ਦਿੱਤੀ ਜਾਊਗੀ ਦੋਨਾਂ ਦੀ ਅਲੱਗ ਅਲੱਗ ਸ਼ਿਕਾਇਤ ਆ ਜੀ ਦੋਨਾਂ ਦੀ ਅਲੱਗ ਅਲੱਗ ਸ਼ਿਕਾਇਤ ਆ ਇਹਦੀ ਅਲੱਗ ਸ਼ਿਕਾਇਤ ਆ ਸਾਡੀ ਅਲੱਗ ਸ਼ਿਕਾਇਤ ਆ ਕਿ ਉਹ ਯੋਗ ਦੇ ਚੇਅਰਮੈਨ ਨੂੰ ਗਲਤ ਬੋਲੇ ਹੁਣ ਏਸੀਬੀ ਸਤਿੰਦਰ ਚੱਡਾ ਪਹੁੰਚਿਆ ਤੇ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹ ਜੇ ਮੈਨੂੰ ਨਾ ਗੱਲਬਾਤ ਹੋਈ ਨਹੀਂ ਪਈ ਹੁਣ ਉਹ ਵੀ ਇਹਦੇ ਸਾਈਡ ਤੇ ਹੋਵੇ ਕੋਈ ਨਾ ਕੋਈ ਨਾ ਸਾਈਡ ਤੇ ਜੀ ਅਸੀਂ ਤਾਂ ਸਸਪੈਂਡ ਕਰਾ ਕੇ ਉੱਠਣਾ ਤੂੰ ਕੋਈ ਦਬਾਅ ਦੇ ਵਿੱਚ ਸਰਕਾਰ ਕੰਮ ਕਰ ਰਹੀ ਹੈ ਜਾਂ ਬਿਲਕੁਲ ਦੱਸੋ ਇਹ ਤੁਹਾਨੂੰ ਪੁੱਛਣ ਦੀ ਲੋੜ ਹੈ ਮੀਡੀਆ ਨੂੰ ਇਹ ਤਾਂ ਮੀਡੀਆ ਸਭ ਨੂੰ ਪਤਾ ਹੈ ਇਹ ਪੂਰੇ ਪੰਜਾਬ ਨੂੰ ਪਤਾ ਵੀ ਪੰਜਾਬ ਪੁਲਿਸ ਇੱਕ ਸੈੱਲ ਬਣੀ ਹੋਈ ਹੈ ਕਾਂਗਰਸ ਦਾ ਇਹ ਇਹ ਪੁਲਿਸ ਨਿਸ਼ਪਕਸ਼ ਨਾ ਜਾਂਚ ਕਰਦੀ ਪਈ ਆ ਨਾ ਨਿਸ਼ਪਕਸ਼ ਹੋ ਤਰੀਕੇ ਨਾਲ ਇਹ ਸੇਵਾ ਕਰ ਰਹੀ ਹੈ ਇਹ ਕਾਂਗਰਸ ਸਰਕਾਰ ਦਾ ਇੱਕ ਸੈੱਲ ਬਣ ਕੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਉੱਪਰ ਹੋਰ ਪਾਰਟੀ ਦੇ ਉੱਪਰ ਉਹਨਾਂ ਨੂੰ ਧੱਕਾ ਕਰ ਰਹੀ ਹੈ ਉਹਨਾਂ ਨੂੰ ਠੋਕ ਰਹੀ ਹੈ ਔਰ ਖਾਸ ਕਰ ਐਸੀ ਸਮਾਨ ਨੂੰ ਜਾ ਠੋਕ ਰਹੀ ਹੈ ਮਗਰ ਜੇ ਗੱਲ ਕਰੀਏ ਪੁਲਿਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਦੀ ਉਹਨਾਂ ਦਾ ਇਹ ਕਹਿਣਾ ਕਿ ਪੁਲਿਸ ਤੁਹਾਡੀ ਸੇਵਾ ਦੇ ਵਿੱਚ ਹੈ ਆ ਤੁਹਾਡੀ ਆ ਦੇਖੋ ਸੇਵਾ ਸੜਕ ਤੇ ਬੈਠੇ ਆ ਅਸੀਂ ਆ ਸੇਵਾ ਦੇ ਵਿੱਚ ਨਹੀਂ ਚਲੇਗੀ ਨਹੀਂ ਚਲੇਗੀ